अस्सलाम वालेकुम, की हाल है मित्र प्यारे थोड़ा। मैं थोड़ा मित्र, थोड़ा मेली, थोड़ा बेली, थोड़ा सब दा सांझा आबद जिहा थोड़े नाल, ते तुसी साडे नाल जुड़े हो वेख पंजाब टीवी दे नाल। मित्र प्यारे, प्रोग्राम की जाना मैं कौन लैके थोड़ी खिदमत विच हाजिर हाँ। तो अज दे प्रोग्राम दा आगाज असी बाबा फरीद होरां दे एक शेर दे नाल करांगे। उस शेर दे नाल जिहड़ा बाणी दे विच वी मौजूद है, वह कहिंदे ने कि फरीदा बुरे दा भला कर, गुस्सा मन ना हंडाए, देही रोग ना लगे, पल्ले सब किस पाए। बहुत वड्डी गल की थी उन्होंने। वो कहते हैं कि बुरे का भी भला कर रहा है, जेड़ा बुरा है ना, जिन्हें थोड़े नाल माड़ा भी किया है, तुसी ओदा भी भला करना है। ते गुस्सा जेड़ा ना, वो सूट नहीं करता। गुस्सा माण ते ओनू होवे, जेड़ा कुछ होवे, तू ते है ही कुछ नहीं, है ना। वे जे कोई बहुत होवे ना, जिन्हों गारंटी होवे, स्टैंप लगी होवे कि जनाब मैं फलां काम भी कर सकना, मैं फलां काम भी कर सकना, मैं हर चीज दे उत्ते कादर हाँ, वो गुस्सा करे। तू किहड़े माण ते गुस्सा, तेनू कादा माण, किहड़ी आकड़ है। ते जे तेरे नाल कोई माड़ा करदा भी है, जे कोई बुरा भी है, किसी ने कोई वादा कर भी लिया है, उहदा भी भला कर। चंगे नाल ते सारे चंगे हुंदे ने ना, जे किसी ने मेरे नाल चंगा ते उहदे नाल ते मैं चंगा करना ही है। ते जे किसी ने तुहाडे नाल माड़ा भी कीता है ना, उहदे नाल भी चंगा करना है। फिर गल बनदी है, आ कोई सौखियां मंजिलां ने। कहिंदे नहीं अपने आप नूं मारना पैंदा है, ही है अपने आप को मारना। अगले मिसरे चो कहते हैं कि देह ही रोग ना लगे, पल्ले सब कुछ पाए। तेरा जिहड़ा देह है ना, तेरा जिहड़ा जुस्सा है, तेरा जिसम है, ये ते इहदे अंदर एक रूह भी है ना। जिसम नूं ते आ तुहाडे नूं हो गया ना, बुखार, नज़ला, जुकाम, ते या कोई होर ढेर सारियां बीमारियां ने, जल्दी बीमारियां हो सकदी है, उत्थे कलैदा है। जिहड़ा रूह नूं बीमारी लग जाती है ना, वह बड़ी खतरनाक है। जिससे दे बीमारियां दे ते इलाज आ गए ने, असीं डॉक्टर कोले जाने आ, हकीम कोले जाने आ, दवा लैने आ ते ठीक हो जाने, पर जिहड़ी रूह बीमार हो जावे ना, उहनूं ठीक फिर करना वह डॉक्टरां, तबीबां, हकीमां दा वस दा रोग ही नहीं। उहदे वास्ते ते फिर रूहानी इलाज होना चाहिए। ਜਦੋਂ ਤੁਸੀਂ ਮਾੜੇ ਦੇ ਨਾਲ ਵੀ, ਬੁਰੇ ਦੇ ਨਾਲ ਵੀ, ਭੈੜੇ ਦੇ ਨਾਲ ਵੀ ਚੰਗਾ ਕਰੋਗੇ, ਫਿਰ ਤੁਹਾਡੀ ਰੂਹ ਜਿਹੜੀ ਹੈ ਉਹ ਪਾਕ ਹੁੰਦੀ ਜਾਏਗੀ, ਪਵਿੱਤਰ ਹੁੰਦੀ ਜਾਏਗੀ। ਉਹ ਕਹਿੰਦੇ ਨੇ ਬੜਾ ਸੋਹਣਾ ਹੈ, ਬੜਾ ਖੂਬਸੂਰਤ ਹੈ, ਉਹ ਜਿਵੇਂ ਬਾਹਰੋਂ ਹੈ ਉਵੇਂ ਹੀ ਅੰਦਰੋਂ ਹੈ। ਅੰਦਰ ਕੀ ਹੈ? ਤੁਹਾਡਾ ਜ਼ਮੀਰ ਹੈ, ਤੁਹਾਡਾ, ਤੁਹਾਡੀ ਰੂਹ ਹੈ ਤੁਹਾਡੇ ਅੰਦਰ, ਰੂਹ ਦਾ ਵੀ ਅੰਦਰ, ਰੂਹ ਦਾ ਵੀ ਇੱਦਾਂ ਹੀ ਸੁਚੱਜਾ ਹੈ, ਰੂਹ ਦਾ ਵੀ ਸੁਣਾਪਾ ਉਹਦੇ ਅੰਦਰ। ਫਰੀਦਾ ਬੁਰੇ ਦਾ ਕਲਪ, ਅਸੀਂ ਯਕੀਨ ਕਰੋ ਕਿ ਇਹਨਾਂ ਲਫਜ਼ਾਂ 'ਤੇ ਅਸੀਂ ਗੌਰ ਨਹੀਂ ਕਰਦੇ। ਤਾਂ ਹੀ ਤਾਂ ਸਾਡਾ ਇੱਕ ਮਸਲਾ ਹੈ ਕਿ ਸਾਡੀ ਇੱਕ ਲੜਾਈ ਰਹਿੰਦੀ ਹੈ ਸਰਕਾਰ ਦੇ ਨਾਲ, ਇੱਕ ਮੰਗ ਰਹਿੰਦੀ ਹੈ ਹਮੇਸ਼ਾ ਕਿ ਸਾਡੇ ਪੰਜਾਬੀ ਦੇ ਜਿਹੜੇ ਸੂਫੀ ਸ਼ਾਇਰ ਨੇ ਨਾ, ਇਹਨਾਂ ਨੂੰ ਸਾਡੇ ਸਿਲੇਬਸ ਦਾ ਹਿੱਸਾ ਬਣਾਓ। ਜੋ ਤੁਸੀਂ ਪੜ੍ਹੋਗੇ ਨਾ, ਤੁਸੀਂ ਪਹਿਲੀ ਜਮਾਤ ਤੋਂ ਲੈ ਕੇ ਅਤੇ ਸੋਲ੍ਹਵੀਂ ਤੱਕ ਜਦੋਂ ਤੁਸੀਂ ਪੜ੍ਹੋਗੇ ਚੀਜ਼ਾਂ ਨੂੰ, ਸਟੈਪ ਬਾਈ ਸਟੈਪ ਉਹ ਚੀਜ਼ਾਂ ਉੱਪਰ ਜਾਂਦੀਆਂ ਜਾਣਗੀਆਂ ਨਾ। ਪਹਿਲੇ ਕਾਇਦਾ ਹੈ, ਫਿਰ ਉਹਦੇ ਅੱਗੇ, ਫਿਰ ਅੱਗੇ ਕਾਫੀਆਂ, ਫਿਰ ਉਹ ਜਿੰਨੇ ਵੀ ਸ਼ਾਇਰ ਨੇ, ਇੰਨੀ ਢੇਰ ਸਾਰੀ ਸ਼ਾਇਰੀ ਹੈ। ਆਹ ਕੋਈ ਆਹ ਤਾਂ ਨਹੀਂ ਸ਼ਾਇਰੀ ਮੁੱਕਣ ਵਾਲੀ ਤਾਂ ਨਹੀਂ ਹੈਗੀ, ਬਾਬਾ ਫਰੀਦ ਤੋਂ ਲੈ ਕੇ ਅਤੇ ਉਹ ਕਿੱਥੇ ਤੱਕ ਜਾਂਦੀ ਹੈ ਸ਼ਾਇਰੀ। ਹੁਣ ਤੱਕ ਬੜੀ ਵਧੀਆ ਸ਼ਾਇਰੀ ਹੋ ਰਹੀ ਹੈ, ਸੂਫੀ ਸ਼ਾਇਰੀ। ਅਤੇ ਜੇ ਅਸੀਂ ਇਹਨੂੰ ਨਿਸਾਬ ਦਾ ਹਿੱਸਾ ਬਣਾ ਲਈਏ ਅਤੇ ਅਸੀਂ ਪੜ੍ਹਾਂਗੇ ਨਾ, ਤਾਂ ਪੜ੍ਹਿਆ ਹੋਇਆ ਕਿਤੇ ਨਾ ਕਿਤੇ ਕੋਈ ਅਸਰ ਛੱਡਦਾ ਹੈ। ਕਿਤੇ ਨਾ ਕਿਤੇ ਤੁਹਾਡੇ ਅੰਦਰ ਜਿਹੜੀਆਂ ਘੁੰਡੀਆਂ ਨੇ ਨਾ, ਜਿਹੜੀਆਂ ਗੁੰਝਲਾਂ ਨੇ, ਉਹ ਕਿਤੇ ਨਾ ਕਿਤੇ ਜ਼ਰੂਰ ਨਿਕਲਣਗੀਆਂ। ਤੁਹਾਨੂੰ ਤੁਹਾਡੇ ਸੱਚਾਈ ਤੁਹਾਡੇ ਸਾਹਮਣੇ ਆਉਂਦੀ ਜਾਏਗੀ।
ਤੁਹਾਨੂੰ ਹਕੀਕਤ ਦਾ ਪਤਾ ਲੱਗਦਾ ਜਾਏਗਾ ਕਿ ਅਸਲ 'ਚ ਆਹ ਦੁਨੀਆ ਹੈ ਕੀ ਹੈ, ਆਹ ਕਾਇਨਾਤ ਹੈ ਕੀ ਹੈ, ਆਹ ਕਿਸ ਕਾਰਨ ਬਣੀ ਹੈ ਅਤੇ ਰੱਬ ਸਾਡੇ ਤੋਂ ਕੀ ਚਾਹੁੰਦਾ ਹੈ, ਸਾਨੂੰ ਰੱਬ ਲਈ ਕੀ ਕਰਨਾ ਚਾਹੀਦਾ ਹੈ, ਰੱਬ ਸਾਨੂੰ ਕਿਵੇਂ ਮਿਲ ਸਕਦਾ ਹੈ, ਅਸੀਂ ਲੁਕਾਈ ਦੇ ਨਾਲ ਸਾਡਾ ਬਿਹੇਵੀਅਰ ਕਿਵੇਂ ਦਾ ਹੋਣਾ ਚਾਹੀਦਾ ਹੈ, ਅਤੇ ਜੇ ਕੋਈ ਮਾੜਾ ਕਰਦਾ ਤਾਂ ਸਾਡਾ ਉਹਦੇ ਨਾਲ ਕਿਵੇਂ ਬਿਹੇਵੀਅਰ ਹੋਣਾ ਚਾਹੀਦਾ, ਅਤੇ ਭਲੇ ਦੇ ਕੰਮ ਅਸੀਂ ਕਿਵੇਂ ਕਰਨੇ ਨੇ, ਇਹਦੇ ਨਾਲ ਭਲੇ ਦੇ ਕੰਮ ਕਰਨ ਨਾਲ ਸੁੱਖ ਕਿਵੇਂ ਮਿਲਦਾ ਹੈ, ਸਕੂਨ ਕਿਵੇਂ ਮਿਲਦਾ ਹੈ, ਰੂਹ ਕਿਵੇਂ ਰਾਜ਼ੀ ਹੁੰਦਾ ਹੈ, ਆਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਸੂਫੀਆਂ ਨੂੰ ਪੜ੍ਹਾਂਗੇ ਨਾ, ਯਕੀਨ ਕਰੋ ਕਿ ਸਾਡੇ ਅੰਦਰ ਉਤਰ ਜਾਣਗੀਆਂ, ਸਾਡੇ ਜਿਸਮ ਦਾ ਹਿੱਸਾ ਬਣ ਜਾਣਗੀਆਂ, ਸਾਡੀ ਰੂਹ ਦਾ ਹਿੱਸਾ ਬਣ ਜਾਣਗੀਆਂ, ਫਿਰ ਸਾਡੇ ਅੰਦਰੋਂ ਖੂਬਸੂਰਤੀ ਹੋਏਗੀ। ਅੰਦਰ ਜਦੋਂ ਰੱਬ ਸਮਾਇਆ ਹੋਏਗਾ ਫਿਰ ਉਹ ਅਸੀਂ ਜਿਹੜੇ ਬੋਲ ਬੋਲਦੇ ਹਾਂ ਸਖਤ ਤਲਖ, ਉਹ ਫਿਰ ਨਹੀਂ ਬੋਲਾਂਗੇ। ਰੱਬ ਆਪ ਵੀ ਸੋਹਣਾ ਹੈ, ਉਹਦੇ ਬੋਲ ਵੀ ਬੜੇ ਸੋਹਣੇ ਨੇ, ਅਤੇ ਜਦ ਅਸੀਂ ਉਹਦੇ ਬੋਲ ਬੋਲਾਂਗੇ ਤਾਂ ਹਰ ਪਾਸੇ ਮੁਹੱਬਤ, ਭਾਈਚਾਰਾ, ਸੁੱਖ, ਸਕੂਨ, ਆਹ ਸਾਰੀਆਂ ਸ਼ੈਵਾਂ ਸਾਨੂੰ ਮਿਲਣਗੀਆਂ। ਫਿਰ ਅਸੀਂ ਜਿਹੜੀਆਂ ਅੰਦਰ ਸਾਡੇ ਕਦੂਰਤਾਂ ਨੇ, ਜਿਹੜੀਆਂ ਰੰਜਿਸ਼ਾਂ ਨੇ, ਜਿਹੜੇ ਬਦਲੇ ਦੀ ਅੱਗ ਲੱਗੀ ਹੁੰਦੀ ਹੈ, ਉਹ ਖਤਮ ਹੋ ਜਾਏਗੀ। ਲਓ ਅਸੀਂ ਤਾਂ ਬੰਨਿਆਂ ਤੋਂ ਲੜ ਪੈਂਦੇ ਹਾਂ, ਕਿਸੇ ਨੇ ਕੋਈ ਵੱਧ ਛਾਂਗਦਾ, ਕਿਸੇ ਨੇ ਕੋਈ ਪਾਣੀ ਇੱਕ ਮਿੰਟ ਵੱਧ ਲਾ ਲਿਆ, ਅਸੀਂ ਤਾਂ ਉੱਥੇ ਕਤਲ ਕਰ ਦਿੰਦੇ। ਸਾਡੀ ਬਹੁਤ ਸਾਰੀ ਸਲਾਹ ਹੋਣ ਵਾਲੀ ਹੈ। ਬੁਰਾਈਆਂ ਨੇ ਸਾਡੇ ਅੰਦਰ ਡੇਰੇ ਜਮਾਏ ਹੋਏ ਨੇ, ਬੁਰਾਈਆਂ ਸਾਡੇ ਅੰਦਰ ਇਹ ਸਾਡੇ ਖੂਨ ਦੇ ਵਿੱਚ ਸਰਾਇਤ ਕੀਤਾ ਹੋਇਆ। ਬੁਰਾਈਆਂ ਨੇ, ਬੁਰਾਈਆਂ ਸਾਨੂੰ ਛੱਡ ਹੀ ਨਹੀਂ ਰਹੀਆਂ, ਨਾ ਅਸੀਂ ਬੁਰਾਈਆਂ ਨੂੰ ਛੱਡ ਰਹੇ। ਇਹ ਪੱਕਾ ਜਿਹੜਾ ਨਾ ਉਹ ਰਿਸ਼ਤਾ ਬਣਾਇਆ। ਅਸੀਂ ਜਦ ਸੂਫੀਆਂ ਨੂੰ ਪੜ੍ਹਾਂਗੇ, ਅਸੀਂ ਅੱਲਾ ਦੇ ਵਲੀਆਂ ਨੂੰ ਪੜ੍ਹਾਂਗੇ, ਅਸੀਂ ਉਹਨਾਂ ਦੇ ਅੱਖਰਾਂ 'ਤੇ ਗੌਰ ਕਰਾਂਗੇ, ਯਕੀਨ ਕਰੋ ਕਿ ਆਹ ਜਿਹੜਾ ਆਹ ਤਾਂ ਨਿੱਕੀ ਨਿੱਕੀ ਸ਼ਾਵਾਂ ਲੱਗਣ ਲੱਗ ਪੈਣੀਆਂ। ਵੀ ਉਹਨੇ ਮੈਨੂੰ ਫਲਾਂ ਗੱਲ ਕਿਉਂ ਕਹੀ ਹੈ, ਉਹਨੇ ਫਲਾਂ ਗੱਲ ਕਿਉਂ ਕਹੀ, ਫਲਾਂ ਕਿਉਂ ਕਹੀ, ਆ ਬਿਲਕੁਲ ਮਾਈਨਰ ਜੀ ਹੋ ਜਾਏ ਇੰਨੀ, ਬਲਕਿ ਸ਼ਾਇਦ ਇਸ ਤੋਂ ਵੀ ਛੋਟੀ। ਸਾਡੇ ਵਾਸਤੇ ਉਹਦੀ ਅਹਿਮੀਅਤ ਹੀ ਕੋਈ ਨਹੀਂ ਹੋਏਗੀ। ਲੋਕ ਕਹਿਣਗੇ ਯਾਰ ਉਹਨੇ ਫਲਾਂ ਕਰਤਾ, ਬੜੀ ਵੱਡੀ ਗੱਲ ਹੋਏਗੀ ਲੋਕਾਂ ਦੇ ਲਈ, ਨਾ ਸਮਝਾਂ ਦੇ ਲਈ, ਜਾਹਲਾਂ ਦੇ ਲਈ। ਲੇਕਿਨ ਜਿਹਦੇ ਅੰਦਰ ਕੋਈ ਸ਼ਾਊਰ ਹੋਏਗਾ, ਉਹ ਕੀ ਕਰਨੀ ਯਾਰ, ਮਾਮੂਲੀ ਜੀ ਗੱਲ, ਕੋਈ ਮਸਲਾ ਨਹੀਂ, ਆਹ ਕਿਹੜਾ ਕੋਈ ਵੱਡੀ ਗੱਲ ਹੈ ਯਾਰ, ਚੱਲ ਕਹਿ ਤਾ ਨਾ ਉਹਨੇ, ਗੱਲ ਖਤਮ ਕਰੋ, ਕੋਈ ਰੌਲਾ ਨਹੀਂ, ਅਸੀਂ ਇੰਜ ਦੇ ਹੋ ਜਾਵਾਂਗੇ। ਮਾਫ ਕਰਨ ਵਾਲਾ ਬਿਹਤਰ ਹੈ ਕਿ ਬਦਲਾ ਲੈਣ ਵਾਲਾ ਬਿਹਤਰ ਹੈ, ਤੁਸੀਂ ਸਮਝਦੇ ਹੋ। ਅਤੇ ਮੇਰੇ ਕਹਿਣ 'ਤੇ ਜਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਜੋ ਆਖਿਆ ਹੈ, ਜਾਂ ਜੋ ਮੈਂ ਸ਼ੇਰ ਪੜ੍ਹਿਆ ਬਾਬਾ ਫਰੀਦ ਹੋਰਾਂ ਦਾ, ਮੈਂ ਤਾਂ ਇੱਕ ਨਾ ਸਮਝ ਜਿਹਾ ਕੰਮ ਅਕਲ ਜਿਹਾ ਬੰਦਾ ਵਾਂ, ਮੈਂ ਤਾਂ ਬਾਬਾ ਫਰੀਦ ਹੋਰਾਂ ਦੇ ਸ਼ੇਰ ਨੂੰ ਅੱਗੇ ਲੈ ਕੇ ਤੁਰਿਆ ਵਾਂ। ਜੇ ਅਸੀਂ ਇਹਦੇ 'ਤੇ ਗੌਰ ਕਰਾਂਗੇ ਨਾ, ਸਾਡੀ ਜ਼ਿੰਦਗੀ ਆਸਾਨ ਹੋ ਜਾਵੇਗੀ, ਸਾਡੀ ਜ਼ਿੰਦਗੀ ਵੀ ਆਸਾਨ ਹੋਏਗੀ ਅਤੇ ਨਾਲ ਅਸੀਂ ਦੂਜਿਆਂ ਦੀ ਵੀ ਆਸਾਨ ਕਰਾਂਗੇ। ਇਸ ਲਈ ਮੇਰੀ ਗੁਜ਼ਾਰਿਸ਼ ਹੈ ਤੁਹਾਡੇ ਅੱਗੇ, ਮੇਰੀ ਅਰਜ਼ੋਈ ਹੈ ਕਿ ਸੂਫੀਆਂ ਨੂੰ ਪੜ੍ਹਿਆ ਕਰੋ, ਆਪਣੀ ਜ਼ਿੰਦਗੀ ਵੀ ਸੋਹਣੀ ਬਣਾਓ ਅਤੇ ਆਲ ਦੁਆਲ ਨੂੰ ਵੀ ਸੋਹਣਾ ਕਰ ਦਿਓ। ਇਹਦੇ ਨਾਲ ਹੀ ਅੱਜ ਦੀ ਗੱਲਬਾਤ ਮੁਕਾਨੇ ਹਾਂ। ਆਪਣਾ ਅਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ, ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵੱਸੋ ਅਤੇ ਖਿੜਖਿੜ ਹੱਸੋ। ਰੱਬ ਰੱਖਾ।